ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਅਤੇ ਕਾਂਗਰਸ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਬੜੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਅਸਤੀਫਾ ਦੇ ਦਿੱਤਾ ਹੈ। ਦੁਬਾਰਾ ਉਹ ਪ੍ਰਧਾਨ ਨਹੀਂ ਬਣਨਾ ਚਾਹੁੰਦੇ। ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ। ਪੰਜਾਬ ਦੇ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਦੇ ਤਰਲੇ ਮਿੰਤਾ ਕਰਦੇ ਦਿਖਾਈ ਦਿੰਦੇ ਨੇ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹਨਾਂ ਦਾ ਬਦਲ ਕਾਂਗਰਸ ਪਾਰਟੀ ਕੋਲ ਦੇਸ਼ ਦੇ ਵਿੱਚ ਹੈ ਹੀ ਨਹੀਂ। ਜਿੰਨਾ ਕੁ ਮੈਨੂੰ ਸਿਆਸਤ ਦਾ ਤਜਰਬਾ ਹੈ, ਇਸ ਵੇਲੇ ਰਾਹੁਲ ਗਾਂਧੀ ਸਾਹਿਬ ਦਾ ਮੁਤਬਾਦਲ ਜਿਹੜਾ ਹੈ, ਉਹਦਾ ਉਹਨਾਂ ਦਾ ਬਦਲ ਜਿਹੜਾ ਹੈ, ਇਸ ਵੇਲੇ ਕਾਂਗਰਸ ਪਾਰਟੀ ਕੋਲ ਹੈ ਨਹੀਂ। ਉਹਨਾਂ ਨੇ ਔਰ ਤਕਰੀਬਨ 4-5 ਹਫ਼ਤੇ ਹੋ ਗਏ ਹੈ ਔਰ ਹਰ ਸਤਾ 'ਤੇ ਉਹਨਾਂ ਨੂੰ ਕੋਸ਼ਿਸ਼ ਅਸੀਂ ਕੀਤੀ ਹੈ ਕਿ ਤੁਸੀਂ ਇਕੱਲੇ ਜਿਹੜੇ ਹੈ ਸਿਆਸਤ ਦੇ ਵਿੱਚ ਔਰ ਜਿਹੜੀ ਕਾਂਗਰਸ ਪਾਰਟੀ ਦੀ ਇਸ ਇਲੈਕਸ਼ਨ 'ਚ ਜਿਹੜੀ ਸ਼ਿਕਸਤ ਹੋਈ ਹੈ, ਤੁਸੀਂ ਇਕੱਲੇ ਜ਼ਿੰਮੇਵਾਰ ਨਹੀਂ ਹੁੰਦੇ ਉਹਦੇ 'ਚ। ਕੋਈ ਵੀ ਬੰਦਾ ਜਿਹੜਾ ਕਾਂਗਰਸ ਪਾਰਟੀ 'ਚ ਹੈ ਉਹ ਬਰੀਅਲ ਜ਼ੁੰਮਾ ਨਹੀਂ ਹੈ, ਹਰੇਕ ਦੀ ਜ਼ਿੰਮੇਵਾਰੀ ਬਣਦੀ ਹੈ। ਇੱਕ ਇਹ ਜਿਹੜੀ ਪੋਲੀਟਿਕਸ ਹੁੰਦੀ ਹੈ ਇਹ ਕਲੈਕਟਿਵ ਹੁੰਦੀ ਹੈ ਔਰ ਇਹਦੀ ਰਿਸਪੋਂਸੀਬਿਲਿਟੀ ਵੀ ਕਲੈਕਟਿਵ ਹੁੰਦੀ ਹੈ। ਪਰ ਬਹਰਹਾਲ ਉਹ ਬਜ਼ਿੱਦ ਨੇ ਇਸ ਗੱਲ 'ਤੇ ਕਿ ਉਹ ਜਾਣਾ ਚਾਹੁੰਦੇ ਹੈ। ਦੂਜੇ ਪਾਸੇ ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਨੀਅਤ ਸਾਫ਼ ਹੈ, ਇਸ ਕਰਕੇ ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਿਆ ਰਹਿਣਾ ਚਾਹੀਦਾ। ਇੱਕ ਚੀਜ਼ ਹੈ ਕਿ ਰਾਹੁਲ ਗਾਂਧੀ ਹੁਣ ਜਿੰਨੀ ਮਿਹਨਤ ਕੀਤੀ ਔਰ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਕਾਂਗਰਸ ਨੂੰ ਅੱਗੇ ਲੈ ਕੇ ਜਾਣ ਦੀ ਕੀਤਾ, ਅਤੇ ਉਹਨਾਂ ਨੂੰ ਸਾਡੇ ਚੀਫ ਮਿਨਿਸਟਰ ਸਾਹਿਬ ਸਾਰੇ ਹੀ ਮਿਲੇ ਨੇ ਕਿ ਕਾਂਗਰਸ ਦੇ ਵੱਡੇ ਲੀਡਰ ਵੀ ਮਿਲੇ ਨੇ ਕਿ ਤੁਸੀਂ ਇਹਨੂੰ ਰੀਕਨਸਿਡਰ ਕਰੋ, ਪਰ ਉਹ ਨਹੀਂ ਕਰ ਰਹੇ। ਇਹਦੇ ਬਾਰੇ ਤਾਂ ਮੈਂ ਵੀ ਚਾਹਾਂਗਾ ਕਿ ਜਿਹੜੀ ਜਿੱਤ ਹਾਰ ਆ ਨੀਅਤ ਸਾਫ਼ ਹੋਣੀ ਚਾਹੀਦੀ ਆ, ਅਤੇ ਰਾਹੁਲ ਗਾਂਧੀ ਦੀ ਨੀਅਤ ਸਾਫ਼ ਸੀਗੀ ਤੇ ਉਹਨਾਂ ਨੂੰ ਆਪਣਾ ਰੈਜ਼ਿਗਨੇਸ਼ਨ ਇਹਤੇ ਰੀਕਨਸਿਡਰ ਕਰਨਾ ਚਾਹੀਦਾ ਔਰ ਵਾਪਸ ਲੈਣਾ ਚਾਹੀਦਾ। ਇਹਨਾਂ ਮੰਤਰੀਆਂ ਤੋਂ ਇਲਾਵਾ ਬਾਕੀ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਵੀ ਕੁਝ ਅਜਿਹਾ ਹੀ ਕਹਿਣਾ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਆਪਣੇ ਫੈਸਲੇ ਨੂੰ ਰਿਵਿਊ ਕਰਨਾ ਚਾਹੀਦਾ ਹੈ ਕਿਉਂਕਿ ਕਾਂਗਰਸ ਪਾਰਟੀ ਉਹਨਾਂ ਨੂੰ ਪ੍ਰਧਾਨ ਦੇਖਣਾ ਚਾਹੁੰਦੀ ਹੈ। ਦੇਖੋ, ਸਾਰੀ ਪਾਰਟੀ ਉਹਨਾਂ ਵੱਲ ਅੱਜ ਦੀ ਡੇਟ 'ਚ ਦੇਖ ਰਹੀ ਹੈ ਅਤੇ ਬਹੁਤ ਡਿਸਅਪੁਆਇੰਟ ਵੀ ਹੋ ਜਾਣਗੇ, ਬਟ ਮੈਨੂੰ ਲੱਗਦਾ ਹਰ ਬੰਦੇ ਦੇ ਆਪਣੇ ਕੋਈ ਰੀਜ਼ਨਸ ਹੁੰਦੇ ਹੈ, ਕੋਈ ਐਕਸਪਲੇਨੇਸ਼ਨ ਹੁੰਦੀ ਹੈ, ਬਿਕੋਜ਼ ਸਾਰੇ ਹਿੰਦੁਸਤਾਨ ਅੱਜ ਦੇ ਕਾਂਗਰਸ ਕਾਰਿਆਕਰਤਾ ਹੈ ਉਹਨਾਂ ਵੱਲ ਦੇਖ ਰਹੇ ਹੈ ਰਾਹੁਲ ਗਾਂਧੀ ਵੱਲ ਕਿ ਉਹ ਸਟਰੋਂਗਲੀ ਲੀਡ ਕਰਨ, ਅਤੇ ਉਹ ਨਹੀਂ ਮੰਨਦੇ, ਅਸੀਂ ਲੋਕ ਨਹੀਂ ਮੰਨਦੇ ਕਿ ਉਹ ਸਾਡੇ ਸਟਰੋਂਗ ਨੇਤਾ ਨਹੀਂ ਹੈ। ਸੋ ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਸਾਡਾ ਵਿਸ਼ਵਾਸ ਉਹਨਾਂ 'ਚ ਬਹੁਤ ਸਟਰੋਂਗ ਹੈ ਐਂਡ ਪਰ ਇਲੈਕਸ਼ਨਸ ਦੇ ਡਿਊਰਿੰਗ ਦੇ ਟਾਈਮ ਦੌਰਾਨ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਜਿਹਦੇ ਕਰਕੇ ਕਦੇ ਨਾ ਕਦੇ ਬੰਦੇ ਦਾ ਮਨ 'ਚ ਕੋਈ ਨਾ ਕੋਈ ਗੱਲ ਆ ਜਾਂਦੀ ਹੈ। ਹੁਣ ਜੋ ਉਹਨਾਂ ਦੇ ਅੰਦਰ ਦੀ ਗੱਲ ਹੈ ਉਹ ਤਾਂ ਉਹੀ ਦੱਸ ਸਕਦੇ ਹੈ। ਸੋ ਅਸੀਂ ਹੋਪ ਕਰਦੇ ਹਾਂ ਕਿ ਦੁਬਾਰਾ ਉਹ ਸਥਿਤੀ ਨੂੰ ਦੇਖਦੇ ਹੋਏ ਦੁਬਾਰਾ ਆਪਣੇ ਡਿਸੀਜਨ ਨੂੰ ਰਿਵਿਊ ਕਰਨ, ਅਸੀਂ ਤਾਂ ਇਹੀ ਕਹਿ ਸਕਦੇ ਹਾਂ। ਗੱਲ ਕਰੀਏ ਵਿਰੋਧੀ ਪਾਰਟੀਆਂ ਦੀ ਤਾਂ ਵਿਰੋਧੀ ਪਾਰਟੀਆਂ ਇਸ ਮਸਲੇ 'ਤੇ ਕੁਝ ਵੀ ਬੋਲਣ ਤੋਂ ਬਚਦੀਆਂ ਦਿਖਾਈ ਦਿੰਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ, ਉਹ ਨਹੀਂ ਬੋਲਣਾ ਚਾਹੁੰਦੇ। ਆ ਉਹਨਾਂ ਦਾ ਇੰਟਰਨਲ ਮੈਟਰ ਹੈ, ਜੋ ਮਰਜ਼ੀ ਕਰਨ। ਸਰ, ਮੋਤੀ ਲਾਲ ਮੋਹਰਾ ਨੂੰ ਨਵਾਂ ਅਧਿਆਸ ਬਣਾ ਕੇ ਸਰ ਕੁਝ ਬਾਈਟ ਕੀ ਮੋਤੀ ਲਾਲ ਵੋਰਾ ਨੂੰ ਨਵਾਂ ਅਧਿਕਾਰੀ ਅਧਿਆਸ ਬਣਾ ਕੇ ਕਾਂਗਰਸ ਦੇ ਸਰ ਰਾਹੁਲ ਗਾਂਧੀ। ਯਾਰ, ਮੈਂ ਉਹ ਪਾਰਟੀ ਦਾ ਇੰਟਰਨਲ ਮੈਟਰ ਹੈ, ਵਾਈ ਸ਼ੁਡ ਆਈ ਕਮੈਂਟ, ਉਹ ਜੋ ਮਰਜ਼ੀ ਕਰਨ। ਦਰਅਸਲ ਕਾਂਗਰਸ ਪਾਰਟੀ ਦੀ ਦੂਜੀ ਵਾਰ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਵੱਡੀ ਹਾਰ ਹੋ ਚੁੱਕੀ ਹੈ ਕਿ ਰਾਹੁਲ ਗਾਂਧੀ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਚੁੱਕੇ ਨੇ। ਪਹਿਲਾਂ ਮੰਨਿਆ ਜਾਂਦਾ ਹੈ ਕਿ ਗਾਂਧੀ ਪਰਿਵਾਰ ਜਾਣਬੁੱਝ ਕੇ ਅਸਤੀਫੇ ਦਾ ਨਾਟਕ ਕਰਦਾ ਹੈ, ਪਰ ਹੁਣ ਰਾਹੁਲ ਗਾਂਧੀ ਆਪਣੇ ਅਸਤੀਫੇ 'ਤੇ ਅੜ ਗਏ ਨੇ। ਉਹਨਾਂ ਨੇ ਤਾਂ ਸੋਸ਼ਲ ਮੀਡੀਆ 'ਤੇ ਵੀ ਆਪਣਾ ਅਸਤੀਫਾ ਜਾਰੀ ਕਰ ਦਿੱਤਾ ਹੈ ਤਾਂ ਜੋ ਲੋਕ ਇਹ ਨਾ ਕਹਿਣ ਕਿ ਜਾਣਬੁੱਝ ਕੇ ਡਰਾਮੇਬਾਜ਼ੀ ਗਾਂਧੀ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ, ਕੋਈ ਵੀ ਅਸਤੀਫਾ ਨਹੀਂ ਦਿੰਦਾ। ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਵੀ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਅਸਤੀਫੇ ਦੀ ਪੇਸ਼ਕਸ਼ ਕਰਦਾ ਹੈ ਤਾਂ ਸਾਰੀ ਕਾਂਗਰਸ ਪਾਰਟੀ ਉਸ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਫਿਰ ਤੋਂ ਉਹੀ ਬੰਦਾ ਉਹੀ ਗਾਂਧੀ ਪਰਿਵਾਰ ਦਾ ਮੈਂਬਰ ਇੱਕ ਵਾਰ ਫਿਰ ਤੋਂ ਪ੍ਰਧਾਨ ਬਣ ਜਾਂਦਾ ਹੈ। ਪਰ ਇਸ ਵਾਰ ਰਾਹੁਲ ਗਾਂਧੀ ਪਿੱਛੇ ਹਟਦੇ ਦਿਖਾਈ ਨਹੀਂ ਦਿੰਦੇ। ਤੁਹਾਨੂੰ ਇਹ ਵੀ ਦੱਸ ਦੇਣਾ, ਇੱਥੇ ਬਹੁਤ ਜ਼ਰੂਰੀ ਹੈ ਕਿ ਜਿੰਨੇ ਵੀ ਕਾਂਗਰਸ ਦੇ ਦੇਸ਼ ਦੇ ਵਿੱਚ ਮੁੱਖ ਮੰਤਰੀ ਨੇ ਸੂਬਿਆਂ ਦੇ ਉਹ ਸਾਰੇ ਰਾਹੁਲ ਗਾਂਧੀ ਨੂੰ ਮਿਲ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੇ ਨਾਲ ਸਨ। ਸਾਰਿਆਂ ਨੇ ਮਿਲ ਕੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਿਆ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਜੋ 52 MP ਸਾਰੇ ਦੇਸ਼ ਦੇ ਵਿੱਚ ਜਿੱਤੇ ਨੇ ਉਹਨਾਂ ਨੇ ਵੀ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਹੀ ਕਾਂਗਰਸ ਦਾ ਪ੍ਰਧਾਨ ਬਣਿਆ ਰਹਿਣਾ ਚਾਹੀਦਾ। ਪਰ ਰਾਹੁਲ ਗਾਂਧੀ ਆਪਣੇ ਅਸਤੀਫੇ 'ਤੇ ਬਜ਼ਿੱਦ ਦਿਖਾਈ ਦਿੰਦੇ ਨੇ, ਅੜੇ ਹੋਏ ਦਿਖਾਈ ਦਿੰਦੇ ਨੇ। ਇਸ ਤਰ੍ਹਾਂ ਲਵਾਰਸ ਇੱਕ ਤਰ੍ਹਾਂ ਕਾਂਗਰਸ ਪਾਰਟੀ ਨੂੰ ਰਾਹੁਲ ਗਾਂਧੀ ਨੇ ਕਰ ਦਿੱਤਾ ਹੈ। ਹਾਲਾਂਕਿ ਕਾਰਜਕਾਰੀ ਪ੍ਰਧਾਨ ਮੋਤੀ ਲਾਲ ਵੋਹਰਾ ਨੂੰ, ਜੋ ਕਿ ਕਾਂਗਰਸ ਪਾਰਟੀ ਦੇ ਕਾਫੀ ਸੀਨੀਅਰ ਅਤੇ ਬਜ਼ੁਰਗ ਨੇਤਾ ਨੇ, ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਜਿੰਨੀ ਦੇਰ ਤੱਕ ਕਾਂਗਰਸ ਪਾਰਟੀ ਨੂੰ ਕੋਈ ਨਵਾਂ ਪ੍ਰਧਾਨ ਨਹੀਂ ਲੱਭਦਾ। ਪਰ ਰਾਹੁਲ ਗਾਂਧੀ ਨੇ ਇੱਕ ਇੱਥੇ ਹੋਰ ਵੀ ਚਰਚਾ ਛੇੜ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਨਵਾਂ ਪ੍ਰਧਾਨ ਬਣਾਓ, ਪਰ ਗਾਂਧੀ ਪਰਿਵਾਰ ਦੇ ਵਿੱਚੋਂ ਕੋਈ ਵੀ ਨਵਾਂ ਪ੍ਰਧਾਨ ਨਹੀਂ ਬਣੇਗਾ। ਇਸ ਤਰ੍ਹਾਂ ਲਗਭਗ 21-22 ਸਾਲ ਬਾਅਦ, ਲਗਭਗ 2 ਦਹਾਕਿਆਂ ਬਾਅਦ ਅਜਿਹਾ ਹੋਏਗਾ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ
कोई बाहरी लीडर होएगा। पर इतने एक सवाल हम तुहाडे तो द पंजाब टीवी के दर्शकों तो पुछना चाहते हैं कि लगातार दो हारा तो बाद राहुल गांधी का अस्तीफे तुम सही कदम मानते हो? तुम्हें लगता है कि राहुल गांधी का अस्तीफा सही है कि या फिर उन्होंने दोबारा तो कांग्रेस पार्टी का नैशनल प्रधान बन जाना चाहिए? इस बारे थोड़ी जो भी राय है खुल के बेबाक होकर कमेंट करके अपनी राय जरूर दो। जेकर तुम इस तरह पंजाब की देश की हर खबर निरपक्षता देखते रहना चाहते हो तो यूट्यूब द पंजाब टीवी सबसक्राइब जरूर कर लो, बैल वाला बटन जरूर दबा लेना। जेकर तुम वीडियो फेसबुक से देख रहे हो तो फेसबुक से द पंजाब टीवी का पेज लाइक कर लो। मैं जज सिंह चाहल अगली बार फिर हाजिर होवांगा। तुम देखते रहो द पंजाब टीवी, हर खबर का सच